ਲਓ ਜੀ ਆਪਾਂ ਪਹੁੰਚ ਗਏ ਭਾਅ ਜੀ ਤੁਹਾਡੇ ਪਿੰਡ, ਤੁਹਾਡੇ ਪਿੰਡ ਪਹੁੰਚੇ ਹਾਂ ਨਾ। ਬਿਲਕੁਲ ਜੀ, ਸਾਡੇ ਪੁਰਖਿਆਂ ਦੇ ਪਿੰਡ ਪੁਰਖਿਆਂ ਭਾਅ ਜੀ। ਬਹੁਤ ਬਹੁਤ ਅੱਛਾ ਬਾਬਾ ਜੀ, ਇੱਕ ਬੜਾ ਪਰਸਨਲ ਜਿਹਾ ਸਵਾਲ ਆ ਕਰਨ ਲੱਗਾ। ਜਦੋਂ ਤੁਸੀਂ ਉੱਠ ਕੇ ਆਏ ਹੋ, ਤੁਹਾਡੀ ਉਮਰ ਸੀ 18 ਸਾਲ, ਅਤੇ ਤੁਹਾਡੇ ਵੱਡਿਆਂ ਨੂੰ ਤੁਸੀਂ ਦੱਸਦੇ ਹੋ ਕੁਛ ਆ ਗਏ ਕੁਛ ਨਹੀਂ ਆਏ, ਜਿਵੇਂ ਤੁਸੀਂ ਉੱਠ ਕੇ ਜੱਪੀ ਪਾਈ ਹੈ ਔਰ ਜਿਵੇਂ ਤੁਸੀਂ ਮਿਲੇ ਹੋ, ਦਿਲ ਦੇ ਵਿੱਚ ਨਹੀਂ ਆਇਆ ਕਿ ਬਾਈ ਇਹ ਤਾਂ ਉਹ ਲੋਕ ਸਨ ਕਿ ਜਿਹਨਾਂ ਵੱਢਿਆ ਸੀ? ਇੱਕ ਮਿੰਟ ਦਾ ਹਾਂ, ਪਹਿਲਾਂ ਵੀ ਤਾਂ ਇਕੱਠੇ ਹਾਲ ਛਾਲ ਬੋਲਦੇ ਸੀ। ਕਿੱਥੇ? ਅੱਛਾ ਜੀ, ਆਹ ਸਾਰਾ ਗੁਰਦੁਆਰਾ। ਅੱਛਾ, ਇਹ ਗੁਰਦੁਆਰੇ ਦਾ ਹਿੱਸਾ ਸੀ? ਹਾਂਜੀ, ਆਹ ਸਾਰਾ ਗੁਰਦੁਆਰੇ ਦਾ ਹਿੱਸਾ। ਠੀਕ ਹੈ। ਇੱਥੇ ਨਾ ਉਹ ਘਰ ਹੁੰਦਾ ਸੀ, ਉਹਨੂੰ ਨਾ ਇੱਕ ਘਰ ਦੇ ਵਿੱਚ ਵੇਖੋ ਹੀ ਹੁੰਦੀ ਸੀ ਕਿਸੇ ਦੇ। ਲਓ ਭਾਅ ਜੀ, ਆਹ ਸੀ ਦਰਵਾਜ਼ਾ ਤੁਹਾਡਾ। ਸਰਦਾਰ ਵਰਿਆਮ ਸਿੰਘ ਸੀ। ਹਾਂਜੀ, ਇਹ ਹੀ ਸਾਰੇ ਪਰਿਵਾਰ ਨੂੰ ਲੈ ਕੇ, ਇਹਨਾਂ ਦੇ ਪਰਿਵਾਰ ਵੀ ਨਾਲ ਲੈ ਕੇ ਨਿਯਾਮਪੁਰਾ ਜਿਹੜਾ ਸਾਡਾ ਪਿੰਡ ਆ, ਜੱਦੀ ਪਿੰਡ ਤੋਂ ਇੱਥੇ ਆਣ ਕੇ ਵਸੇ ਸੀਗੇ। ਅੱਛਾ, ਤੇ ਫਿਰ ਜਿਹੜਾ ਹੈਗਾ ਕਿ ਪੂਰਾ ਪਰਿਵਾਰਾਂ ਵਾਲਾ ਹੀ ਮਾਹੌਲ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਜਦੋਂ ਫਿਰ ਬੰਦ ਹੋਈ ਆ, ਤੇ ਇਹ ਫਿਰ ਪਰਿਵਾਰ ਜਿਹੜੇ ਇੱਥੇ ਰਹਿ ਗਏ। ਵੈਲਕਮ ਜੀ, ਵੈਲਕਮ ਹੈ ਥੋੜ੍ਹਾ ਇੱਕ ਨਵੇਂ ਵਲੋਗ ਦੇ ਵਿੱਚ, ਅਤੇ ਸਾਡੇ ਆ ਗਏ ਮਹਿਮਾਨ ਆਸਟ੍ਰੇਲੀਆ ਤੋਂ ਔਰ USA ਤੋਂ, ਅਤੇ ਇਹਨਾਂ ਨੂੰ ਅਸੀਂ ਕਰ ਰਹੇ ਹਾਂ ਵੈਲਕਮ। ਸਰ, ਵੈਲਕਮ ਹੋ ਗਿਆ ਤੁਹਾਡਾ, ਵੈਲਕਮ ਭਾਅ ਜੀ। ਥੈਂਕ ਯੂ। ਮਸਾਂ ਮਸਾਂ ਆਏ ਹੋ ਤੁਸੀਂ, ਆ ਜਾਓ ਭੈਣ ਜੀ, ਆ ਜਾਓ। ਸਮਾਨ ਰੱਖ ਦਿੱਤਾ, ਅਸੀਂ ਨਹੀਂ ਲੈਣਾ ਭਈਆ, ਕਰ ਲਵਾਂਗੇ। ਚਲੋ ਜੀ ਬੈਠੋ ਸਰ, ਆ ਜਾਓ। ਚਲੋ ਜੀ ਬੈਠੋ ਬੈਠੋ, ਆ ਜਾਓ ਇੱਧਰੋਂ ਭੈਣ ਜੀ। ਚਲੋ ਜੀ ਬੈਠੋ। ਲਓ ਜੀ, ਆਪਾਂ ਨਿਕਲ ਪਏ ਹਾਂ ਵਾਹਗਾ ਬਾਰਡਰ ਤੋਂ, ਅਤੇ ਇੰਟਰੋਡਕਸ਼ਨ ਕਰਾਈਏ ਸਾਰੇ ਭਾਈ ਜੀ। ਆਪਾਂ ਆਪਣਾ ਨਾਂ ਦੱਸਿਆ ਜੇ, ਅਤੇ ਫਰੋਮ ਵੇਅਰ ਇਹ ਵੀ ਨਾਲ ਦੱਸੋ ਭਾਈ ਨਾਂ। ਹਾਂਜੀ, ਮੈਂ ਨਵਦੀਪ ਸਿੰਘ, ਮਿਸਿਸਿਪੀ ਤੋਂ। ਓਕੇ, ਹਾਂਜੀ, ਇਹ ਕੀ ਦੱਸਿਆ? ਫਰੋਮ ਨਹੀਂ, ਮਿਸਿਸਿਪੀ, USA ਤੋਂ। ਅੱਛਾ, ਮਿਸਿਸਿਪੀ। ਹਾਂਜੀ, ਮਿਸਿਸਿਪੀ। ਇਹ ਕੌਣ ਹੈ? ਇਹ ਮਿਸਿਸਿਪੀ ਦਾ ਸਟੇਟ ਹੈ ਜੀ ਸਾਡੀ। ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ, ਤੇ ਬੜੀ ਮਸ਼ਹੂਰ ਹੈ ਅਮਰੀਕਾ ਸਟੇਟ, ਇਵਨ ਵੀ ਦਰਿਆ ਵੀ ਬਹੁਤ ਵੱਡਾ ਸਾਡੇ ਉੱਥੇ। ਮਿਸਿਸਿਪੀ ਰਿਵਰ ਵਰਲਡ ਦੇ ਆਲਮੋਸਟ ਬਿਗੇਸਟ ਥਰਡ ਦਰਿਆ ਆ ਉਹ।
ਓਕੇ ਹਾਂਜੀ ਨਾਲ ਮੇਰੀ ਵਾਈਫ ਹੈ ਸੰਗੀਤ ਕੌਰ ਓਕੇ ਮੇਰਾ ਛੋਟਾ ਬ੍ਰਦਰ ਗਗਨਦੀਪ ਸਿੰਘ ਇਹ ਆਸਟ੍ਰੇਲੀਆ ਤੋਂ ਐਡੀਲੇਡ ਤੋਂ ਠੀਕ ਹੋ ਗਿਆ ਜੀ ਇੱਕ ਸਾਡਾ ਪਰਸਨ ਮਿਸਿੰਗ ਹੈ ਵਿੱਚ ਹਾਂਜੀ ਤੇ ਇਧਰੋਂ ਮੇਰੀ ਵਾਈਫ ਮਿਸਿੰਗ ਹੈ ਉਹਨਾਂ ਨੂੰ ਜਾਣਾ ਪਿਆ ਆਸਟ੍ਰੇਲੀਆ ਵਾਪਸ ਓਕੇ ਤੇ ਐਡੀਲੇਡ ਵਾਪਸ ਗਏ ਉਹ ਦੋ ਦਿਨ ਪਹਿਲਾਂ ਠੀਕ ਹੋ ਗਿਆ ਥੈਂਕ ਯੂ ਵੈਰੀ ਮਚ ਭਾਜੀ ਕੋਈ ਗੱਲ ਨਹੀਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਿੰਨਾ ਵੀ ਸਾਨੂੰ ਤੁਹਾਡਾ ਭਾਜੀ ਨਾਮ ਗਗਨਦੀਪ ਸਿੰਘ ਜੋਸਨ ਭਾਜੀ ਤੇ ਭਾਈ ਪਹਿਲਾਂ ਬੈਂਦੀ ਤੁਹਾਡਾ ਮੇਰਾ ਨਾਮ ਸੰਗੀਤ ਕੌਰ ਸੰਗੀਤ ਕੌਰ ਤੇ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ ਥੈਂਕ ਯੂ ਭਾਈ ਇਧਰ ਹੋਵੇਗਾ ਵੈਲਕਮ ਹੋ ਗਿਆ ਥੈਂਕ ਯੂ ਜੀ ਚਲੋ ਜੀ ਆਪਾਂ ਲੱਗੇ ਆ ਨਿਕਲਣ ਇਥੋਂ ਵਾਗਾ ਬਾਰਡਰ ਤੋਂ ਤੇ ਆਪਣੇ ਕੋਲ ਟਾਈਮ ਹੈਗਾ ਬਹੁਤ ਤੇ ਅੱਜ ਜਾ ਕੇ ਸਿੱਧਾ ਮੱਥਾ ਟੇਕਨੇ ਆ ਬਿਲਕੁਲ ਜੀ ਬਿਲਕੁਲ ਤੁਹਾਡੇ ਕੋਲ ਵੈਸੇ ਵੀ ਮੈਨੂੰ ਲੱਗਦਾ ਸ਼ਾਰਟ ਟਾਈਮ ਲੈ ਕੇ ਆਏ ਹੋ ਕਿੰਨੇ ਕੁ ਦਿਨ ਦਾ ਟ੍ਰਿਪ ਹੈ ਆਪਣਾ ਡਿਸਾਈਡ ਕਰਦੇ ਆ ਅੱਛਾ ਇਹ ਡਿਪੈਂਡ ਕਰਦਾ ਅਸੀਂ ਡਿਸਾਈਡ ਨਹੀਂ ਕੀਤਾ ਅਸੀਂ ਓਪਨ ਹੀ ਲੈ ਕੇ ਆਏ ਥੋੜਾ ਜਿਹਾ ਪਰ ਅੱਛਾ 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 ਬਹੁਤਾ ਲੰਬਾ ਨਹੀਂ ਪਰ ਅਜੇ ਡਿਸਾਈਡ ਕਰਾਂਗੇ ਅੱਛਾ ਨਹੀਂ ਕੋ ਮਹੀਨੇ ਦਾ ਵੀਜ਼ਾ ਹੋਏਗਾ ਤੇ 15 20 ਦਿਨ ਰਹਿਣਾ ਹਨਾ ਜ਼ਿਆਦਾ ਨਹੀਂ ਸ਼ਾਇਦ ਬਾਕੀ ਡਿਪੈਂਡ ਕਰਦਾ ਪਿੱਛੇ ਬੱਚਿਆਂ ਦਾ ਸੇਵਾ ਕਰਦੇ ਤੁਸੀਂ ਸੈਟ ਅੱਛਾ ਅੱਛਾ ਜੀ ਜਿੰਨੇ ਦਿਨ ਰੱਖੋਗੇ ਅੱਛਾ ਅਸੀਂ ਦਾਲ ਫੁਲਕੇ ਵਾਲੇ ਬੰਦੇ ਆ ਠੀਕ ਹੋ ਰਿਹਾ ਕਿਹੜੇ ਮਹਿੰਗੇ ਚਲੋ ਮਹਿੰਗੇ ਸਸਤੇ ਤੇ ਗੱਲ ਨਹੀਂ ਹੈ ਗੱਲ ਤੇ ਦਿਲ ਲੱਗੇ ਦੀ ਹੈ ਨਹੀਂ ਨਹੀਂ ਦਿਲ ਆ ਲਈਦਾ ਤੁਸੀਂ ਮਹਿੰਗੇ ਵੀ ਹੋ ਤੇ ਅਸੀਂ ਤੁਹਾਨੂੰ ਅਫੋਰਡ ਕਰ ਲੈਣਾ ਇਹ ਕਿਹੜੀ ਗੱਲ ਨਹੀਂ ਆਪਾਂ ਅਸੀਂ ਆਪਣੇ ਘਰ ਆਏ ਆ ਇੱਕੋ ਸਾਡੇ ਬਜ਼ੁਰਗਾਂ ਦੀ ਧਰਤੀ ਆ ਹਾਂਜੀ ਤੇ ਇਸ ਕਰਕੇ ਨਾਲੇ ਬਾਬੇ ਦੀ ਧਰਤੀ ਆ ਸਾਰੇ ਆਪਣੇ ਭਰਾਵਾਂ ਦੀ ਚਲੋ ਜੀ ਅੱਜ ਸਿੱਧਾ ਹੀ ਚੱਲਦੇ ਆ ਸਰ ਬਾਬਾ ਜੀ ਨੂੰ ਜਾ ਕੇ ਤੁਸੀਂ ਮੱਥਾ ਟੇਕੀਏ ਜੀ ਤੇ ਇਥੋਂ ਹੈਗਾ ਤਕਰੀਬਨ ਕੋਈ 100 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਆਉਂਦਾ ਵਾਗੇ ਤੋਂ ਅਗਰ ਚੱਲੇ ਆ ਨਾ ਨਨਕਾਣਾ ਸਾਹਿਬ ਤੇ ਅਸੀਂ ਪਹਿਲੇ ਸੱਚਾ ਸਾਹਿਬ ਤੱਕ ਜਾਵਾਂਗੇ ਉੱਥੇ ਮੱਥਾ ਟੇਕ ਕੇ ਨਾਲ ਹੀ ਕੋਈ 36 ਕਿਲੋਮੀਟਰ ਹੈਗਾ ਵੇ ਨਨਕਾਣਾ ਸਾਹਿਬ ਜੀ ਜੀ ਤੇ ਉਧਰ ਚਲੇ ਜਾਵਾਂਗੇ ਤੇ ਫਿਰ ਸ਼ਾਮ ਹੋਣ ਤੋਂ ਪਹਿਲੇ ਪਹਿਲੇ ਆਪਾਂ ਲਾਹੌਰ ਪਹੁੰਚਣਾ ਠੀਕ ਹੈ ਜੀ ਮਾਰੀਏ ਨਾਰਾ ਬਿਲਕੁਲ ਜੀ ਲਾ ਜੀ ਆ ਗਏ ਅਸੀਂ ਬਾਹਰ ਪੈ ਕੇ ਚੱਲੇ ਸਾਡੇ ਬਾਹਰ ਨੂੰ ਜੀ ਆਪਾਂ ਚੜ ਗਏ ਆ ਮੋਟਰਵੇ M2 ਤੇ ਇਥੋਂ ਚੜ ਜਾਣਾ ਅਸੀਂ ਲੈਫਟ ਹੋ ਜਾਣਾ M3 ਤੇ ਇਹ ਭਾਜੀ ਜੀ ਰੋਡ ਜਿਹੜਾ ਸਾਡਾ ਤਕਰੀਬਨ ਲਗਭਗ ਮੰਨ ਕੇ ਚਲੋ ਕੋਈ 30 ਸਾਲ ਪੁਰਾਣਾ ਰੋਡ ਹੈ ਜਿਹਦੇ ਉੱਤੇ ਅਸੀਂ ਚੜ ਗਏ ਆ ਜੀ ਜੀ ਨਹੀਂ ਬਹੁਤ ਸੋਹਣਾ ਜੀ ਹਾਂਜੀ ਭਾਜੀ ਤੁਹਾਡਾ ਕੋਈ ਕੁਐਸਚਨ ਸੀ ਕੋਈ ਭਾਜੀ ਆਜੋ ਮੈਂ ਪਸ਼ਾਵਰ ਦੇ ਪੁੱਛਿਆ ਜੀ ਭਾਜੀ ਪਸ਼ਾਵਰ ਕਿੰਨਾ ਇਥੋਂ ਐਡਰੈਸ ਰੋਡ ਤੋਂ ਅਸੀਂ ਹੁਣ ਜਾਣਾ ਨਾ ਅਗਰ ਸਿੱਧੇ ਜਾਂਦੇ ਤੇ 500 ਕਿਲੋਮੀਟਰ ਹੈ ਜੇ ਪੇਸ਼ਾਵਰ ਜਾਣ ਵਾਸਤੇ ਫਿਰ ਕੋਈ ਸਪੈਸ਼ਲ ਪਰਮਿਸ਼ਨ ਕੋਈ ਪਰਮਿਸ਼ਨ ਨਹੀਂ ਤੁਹਾਡੇ ਕੋਲ ਵੀਜ਼ਾ ਹੈ ਪਾਕਿਸਤਾਨ ਦਾ ਵੀਜ਼ਾ ਪੇਸ਼ਾਵਰ ਪਾਕਿਸਤਾਨ ਦਾ ਹਿੱਸਾ ਹੈ ਜਾ ਸਕਨੇ ਕਸ਼ਮੀਰ ਨਹੀਂ ਜਾ ਸਕਦੇ ਆਪਾਂ ਤੇ ਇਹ ਮਲਤਾਨ ਤੇ ਕਰਾਚੀ ਦਾ ਬੋਰਡ ਲੱਗਾ ਸੀ ਮਲਤਾਨ ਕਰਾਚੀ ਵੀ ਜਾ ਸਕਨੇ ਆ ਪੇਸ਼ਾਵਰ ਵੀ ਜਾ ਸਕਨੇ ਆ ਬਾਵਲਪੁਰ ਜਾ ਸਕਨੇ ਆ ਜਿੱਥੇ ਮਰਜ਼ੀ ਚਾਹੀਏ ਜਾ ਸਕਨੇ ਆ ਕਸ਼ਮੀਰ ਵਾਸਤੇ ਨੋ ਐਂਟਰੀ ਹੈ ਹਾਂਜੀ ਉੱਥੇ ਵੀਜ਼ਾ ਫਾਰਮ ਜਦੋਂ ਅਸੀਂ ਭਰੀਦੇ ਨਾ ਹਾਂਜੀ ਉਹਦੇ ਤੇ ਮੈਂਸ਼ਨ ਕਰਨਾ ਹੁੰਦਾ ਕਿ ਭਾਈ ਤੁਸੀਂ ਕਸ਼ਮੀਰ ਜਾਣਾ ਹੈ ਜਾਂ ਨਹੀਂ ਜਾਣਾ ਉਹ ਤੇ ਮੈਂ ਨੋ ਕਰ ਦਿੱਤਾ ਸੀ ਤੁਹਾਡਾ ਕਿਉਂਕਿ ਅਗਰ ਜਾਣਾ ਹੁੰਦਾ ਤੇ ਉਹ ਅਗਲੀ ਫਾਰਮੈਲਿਟੀਜ਼ 'ਚ ਪੈ ਜਾਣਾ ਸੀ ਫਿਰ ਉਹ ਵੀਜ਼ਾ ਡਿਲੇ ਡਿਲੇ ਤੇ ਉਹ ਹਾਂ ਉਹਦੇ ਨਾਲੋਂ ਅਸੀਂ ਆਪਾਂ ਕਿਹਾ ਜੀ ਨਹੀਂ ਜਾਣਾ ਸੋ ਇਹ ਆ ਗਈ M3 ਮੋਟਰਵੇ ਇਹ ਇੱਥੇ ਹੁਣ ਆ ਗਿਆ ਸਾਈਨ ਬੋਰਡ ਕਰਾਚੀ ਦਾ 1146 ਕਿਲੋਮੀਟਰ ਹੈ ਇੱਥੋਂ ਕਰਾਚੀ ਲਾਹੌਰ ਤੋਂ ਮੁਲਤਾਨ ਰਹਿ ਗਿਆ 227 ਤੇ ਸੱਖਰ 766 ਸੋ ਸੱਖਰ ਤੋਂ ਥੋੜ੍ਹਾ ਜਿਹਾ ਇੱਧਰ ਸਾਦਕਾਬਾਦ ਤੋਂ ਬਾਅਦ ਜਿਹੜਾ ਨਾ ਫੇਰ ਜਿਹੜਾ ਪ੍ਰੋਵਿੰਸ ਹੈ ਜਾਂ ਸਟੇਟ ਚੇਂਜ ਹੁੰਦੀ ਹੈ ਤੇ ਸੱਖਰ ਬ੍ਰਿਜ ਵੀ ਬਹੁਤ ਜ਼ਿਆਦਾ ਸਿੰਧ ਇੰਡਸ ਰਿਵਰ ਹਾਂਜੀ ਉਹ ਉਸੇ ਸਾਈਡ ਤੇ ਹੀ ਬਿਲਕੁਲ ਹਾਂਜੀ ਹੁਣ ਇਹ ਜਿਹੜਾ ਅਸੀਂ ਸਾਡੇ ਲੈਫਟ ਸਾਈਡ ਤੇ ਏਰੀਆ ਗੁਜ਼ਰਨ ਦਿਆ ਇਹ ਸ਼ਰਕਪੁਰ ਦਾ ਏਰੀਆ ਤੇ ਇੱਥੇ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਲੋਕ ਲਗਾਉਂਦੇ ਨੇ ਇੱਕ ਤੇ ਸਬਜ਼ੀ ਲਗਾਉਂਦੇ ਨੇ ਔਰ
ਅਮਰੂਦ ਅਮਰੂਦਾਂ ਦੇ ਬਾਗ ਨੇ ਇੱਧਰ ਬਹੁਤ ਜ਼ਿਆਦਾ ਅਤੇ ਲੀਚੀ ਬਹੁਤ ਜ਼ਿਆਦਾ ਆਉਂਦੀ ਹੈ ਇੱਧਰ। ਲੀਚੀ ਮਸ਼ਹੂਰ ਹੈ, ਅਮਰੂਦ ਮਸ਼ਹੂਰ ਨੇ, ਫਿਰ ਜਿਹੜਾ ਸ਼ਰਕਪੁਰ ਹੈ ਇਹਦੇ ਨਾ ਇੱਕ ਗੁਲਾਬ ਜਾਮਨ ਟਾਈਪ ਹੈ ਉਹਨੂੰ ਜਾਮਨੀਆਂ ਕਹਿੰਦੇ ਨੇ, ਉਹ ਮਸ਼ਹੂਰ ਨੇ। ਫਿਰ ਇਹਨਾਂ ਦਾ ਖੁੱਸਾ ਇੱਕ ਬੜਾ ਪਿਓਰ ਜਿਹੜਾ ਅੰਦਰੋਂ ਬਾਹਰੋਂ ਗੋਲਡਨ ਰੰਗ ਦਾ ਕੀਤਾ ਹੁੰਦਾ ਨਾ ਸ਼ਰਕਪੁਰੀ ਖੁੱਸਾ, ਉਹ ਵੀ ਬੜਾ ਮਸ਼ਹੂਰ ਹੈ। ਅਮਰੂਦ ਬਿਲਕੁਲ ਹੈ ਸਰ, ਅਮਰੂਦ ਹੈ ਨੇ ਇੱਧਰ ਜੰਮੂ ਅੱਜ ਕੱਲ੍ਹ, ਕਿਉਂਕਿ ਸਾਡੇ ਇੱਧਰ ਜ਼ਮੀਨਾਂ 'ਚ ਨਾ ਲੋਕਾਂ ਨੇ ਵੱਟਾਂ 'ਤੇ ਵੀ ਦਰਖਤ ਲਾਏ ਨੇ, ਯਾਨੀ ਮਤਲਬ ਹਾਂਜੀ ਸੋ ਇੱਥੋਂ ਹੁਣ ਨਨਕਾਣਾ ਸਾਹਿਬ ਤਕਰੀਬਨ ਅੱਧੇ ਪੌਣੇ ਘੰਟੇ ਦੀ ਵਾਟ ਰਹਿ ਗਈ। ਹਾਂਜੀ ਲੀਚੀ ਅਤੇ ਅਮਰੂਦ ਅਤੇ ਬਾਕੀ ਸਬਜ਼ੀਆਂ ਬਹੁਤ ਲਾਉਂਦੇ ਆ ਕਿਉਂਕਿ ਜੀ 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 ਲਾਹੌਰ ਦੇ ਨਜ਼ਦੀਕ ਤਰੀ ਨੇ, ਜਿੰਨੀ ਵੈਜੀਟੇਬਲਸ ਨੇ ਸਾਰੀਆਂ ਫਿਰ ਇਹ ਲਾਹੌਰ ਮੰਡੀ 'ਚ ਲੈ ਕੇ ਜਾਂਦੇ ਆ। ਹਾਂਜੀ ਆਪਾਂ ਬ੍ਰੇਕ ਦਿੱਤੀ ਰੈਸਟ ਏਰੀਏ 'ਤੇ ਰੁਕ ਕੇ ਅਤੇ ਮਾਰੀਆ ਨਾਰਾ ਜੀ, ਹੁਣ ਚੱਲੀਏ, ਵਧੀਆ ਰਹਿ ਗਿਆ ਕੋਈ 23-24 ਕਿਲੋਮੀਟਰ ਹੀ। ਆ ਜਾਓ ਜੀ, ਗਰਮੀ ਹੈ ਚੱਲ ਜਾਏਗਾ, ਗਰਮੀ ਨਹੀਂ ਲੱਗ ਰਹੀ, ਗਰਮੀ ਨੂੰ ਭਜਾਈ ਜਾ ਰਿਹਾ। ਚਲੋ ਜੀ ਲਾ ਜੀ ਆਪਾਂ ਹੋਰ ਬਈ 20-25 ਮਿੰਟਾਂ 'ਚ ਪਹੁੰਚ ਜਾਣਾ। ਲਓ ਭਾਜੀ ਆਪਾਂ ਆ ਗਏ ਹਾਂ ਜੀ ਇੰਟਰਚੇਂਜ ਜਿਹੜਾ ਨਨਕਾਣਾ ਸਾਹਿਬ ਵਾਲਾ ਉਹ ਉਤਰਨ ਲੱਗੇ ਹਾਂ, ਅਤੇ ਇੱਥੋਂ ਰਹਿ ਜਾਂਦਾ ਤਕਰੀਬਨ 9-10 ਕਿਲੋਮੀਟਰ ਰਾਈਟ ਸਾਈਡ 'ਤੇ ਨਨਕਾਣਾ ਸਾਹਿਬ ਸ਼ਹਿਰ, ਅੱਗੇ ਜੜ੍ਹਾਂ ਵਾਲਾ ਆਏਗਾ ਅਤੇ ਉਸ ਤੋਂ ਅੱਗੇ ਮੁਲਤਾਨ ਅਤੇ ਚੱਲ ਸੋ ਆਉਣ ਚੱਲਦਾ ਰਹੇਗਾ ਜੀ। ਸੋ ਹੁਣ ਇੱਥੋਂ ਅਸੀਂ ਉਤਰ ਜਾਵਾਂਗੇ। ਜੀ ਨਨਕਾਣਾ ਸਾਹਿਬ ਟੋਲ ਪਲਾਜ਼ਾ 'ਤੇ ਆ ਗਏ ਹਾਂ ਅਤੇ ਆਪਾਂ ਹੋਰ 20-10 ਮਿੰਟਾਂ ਤੱਕ ਬਲਕਿ ਪਹੁੰਚ ਜਾਣਾ, 9 ਕਿਲੋਮੀਟਰ 10-12 ਕਿਲੋ ਮਿੰਟਾਂ 'ਚ ਪਹੁੰਚ ਜਾਣਾ। ਲਓ ਜੀ ਐਜ ਯੂਜੂਅਲ ਸਾਨੂੰ ਇੱਥੇ ਰੁਕਣਾ ਪਏਗਾ ਕਿਉਂਕਿ ਆਈ ਲਵ ਨਨਕਾਣਾ ਸਾਹਿਬ ਲਿਖਿਆ ਹੁੰਦਾ ਅਤੇ ਹਰ ਕੋਈ ਇੱਥੇ ਫੋਟੋ ਕਰਦਾ, ਸੋ ਭਾਈ ਸਾਹਿਬ ਦੀ ਫੋਟੋ ਅਤੇ ਵੀਡੀਓ ਦੋਵੇਂ ਬਣਾਉਂਦੇ ਹਾਂ ਇੱਥੇ। ਲਓ ਜੀ ਆਪਾਂ ਪਹੁੰਚ ਕੇ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਹੈਗਾ ਗੁਰਦੁਆਰਾ ਕਿਆਰਾ ਸਾਹਿਬ ਅਤੇ ਉਹਦੇ ਅੰਦਰ ਆਏ ਹਾਂ ਅਤੇ ਮੱਥਾ ਟੇਕ ਲਿਆ। ਆਪਾਂ ਇੱਥੋਂ ਹੁਣ ਨਿਕਲ ਕੇ ਅਗਲੇ ਜਿਹੜੇ 4-5 ਗੁਰਦੁਆਰਾ ਸਾਹਿਬ ਨੇ ਉਹ ਦਰਸ਼ਨ ਮੇਲੇ ਕਰਕੇ ਫਿਰ ਇਹਨਾਂ ਦੇ ਪਿੰਡ ਜਾਵਾਂਗੇ। ਇਹ ਇੱਥੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਸਾਰਾ ਇੰਗਲਿਸ਼ 'ਚ, ਉਸ ਤੋਂ ਬਾਅਦ ਉਰਦੂ ਦੇ ਵਿੱਚ ਵੀ ਲਿਖਿਆ ਔਰ ਇਹ ਮੇਰੇ ਖਿਆਲ ਨਾਲ ਗੁਰਮੁਖੀ 'ਚ ਵੀ ਲਿਖਿਆ, ਗੁਰਮੁਖੀ ਉਰਦੂ ਅਤੇ ਥੱਲੇ ਇੰਗਲਿਸ਼। ਇਹ ਪਹੁੰਚੇ ਜੀ ਗੁਰਦੁਆਰਾ ਮਾਲਜੀ ਸਾਹਿਬ ਅਤੇ ਦਰਸ਼ਨ ਮੇਰੇ ਕਰਕੇ ਅਤੇ ਹੁਣ ਅਸੀਂ ਵਧਣ ਲੱਗੇ ਅਗਾਂਹ ਨੂੰ। ਆ ਜਾਓ ਜੀ। ਲਓ ਜੀ ਆਪਾਂ ਗੁਰਦੁਆਰਾ ਤੰਬੋ ਸਾਹਿਬ ਪਹੁੰਚ ਗਏ ਜਿੱਥੇ ਬਾਬਾ ਜੀ 20 ਰੁਪਏ ਤੋਂ ਲੰਗਰ ਛਕਾ ਕੇ ਜਦੋਂ ਆਏ ਸੀ ਨਨਕਾਣਾ ਸਾਹਿਬ ਵਾਪਸ, ਅਤੇ ਇਸ ਜੰਡ ਦੇ ਦਰਖਤ ਦੇ ਥੱਲੇ ਆ ਕੇ ਲੁਕੇ ਸਨ ਆਪਣੇ ਵਾਲਦ ਸਾਹਿਬ, ਆਪਣੇ ਫਾਦਰ ਸਾਹਿਬ ਦੇ ਡਰ ਤੋਂ ਕਹਿ ਲਓ ਜਾਂ ਜਿਸ ਤਰ੍ਹਾਂ ਵੀ, ਅਤੇ ਇਸ ਇਹ ਉਹ ਜੰਡ ਦਾ ਦਰਖਤ ਹੈ ਜਿੱਥੇ ਉਹ ਆ ਕੇ ਲੁਕੇ ਸੀ। ਆਪਣੇ ਨਨਕਾਣਾ ਸਾਹਿਬ ਤੋਂ ਵੀ ਦਰਸ਼ਨ ਮੇਲੇ ਹੋ ਗਏ, ਸੰਗਤਾਂ ਮੱਥਾ ਟੇਕ ਆਈਆਂ ਅਤੇ ਹੁਣ ਨਿਕਲਣ ਲੱਗੇ ਹਾਂ ਵਾਪਸੀ ਨੂੰ। ਆ ਜਾਓ ਜੀ।
ਆਜੋ ਜੀ, ਆਜੋ ਜੀ, ਆਜੋ ਸਾਹਿਬ। ਆਜੋ ਜੀ, ਆਪਾਂ ਨਿਕਲ ਪਏ ਆ ਨਨਕਾਣਾ ਸਾਹਿਬ ਤੋਂ ਤੇ ਹੁਣ ਜਾ ਰਹੇ ਆ ਪਿੰਡ ਸਰਾਲ ਅਕੀਨਾ ਹੈ ਪਰਸਰਾਮ। ਪਰਸਰਾਮ ਇਹ ਕਿਹੜੇ ਆਪਣਾ ਪੈਂਦਾ ਸ਼ਹਿਰ ਦੇ ਲਾਗੇ? ਇਹ ਸ਼ਾਹਕੋਟ ਸ਼ਹਿਰ ਆ ਜੀ, ਜਿਹੜਾ ਜ਼ਿਲ੍ਹਾ ਨਨਕਾਣਾ ਸਾਹਿਬ ਵੀ ਪਿੰਡ ਪੈਂਦਾ ਆ ਤੇ ਜਾਂ ਤਹਿਸੀਲ ਨਨਕਾਣਾ ਸਾਹਿਬ ਆ ਤੇ ਜ਼ਿਲ੍ਹਾ ਨਨਕਾਣਾ ਸਾਹਿਬ ਤੁਹਾਨੂੰ ਪਤਾ ਹੋਣਾ ਨਨਕਾਣਾ ਸਾਹਿਬ ਜ਼ਿਲ੍ਹਾ ਹੋ ਗਿਆ ਹੁਣ ਤੇ ਮੇਰੇ ਖਿਆਲ ਸ਼ਾਹਕੋਟ ਫਿਰ ਤਹਿਸੀਲ ਆ ਤੇ ਸ਼ਾਹਕੋਟ ਦੇ ਨਾਲ ਹੀ ਸਲਾਰ ਵਾਲਾ ਰੋਡ ਤੇ ਪਹਿਲਾ ਪਿੰਡ ਪੈਂਦਾ ਜੀ ਪਠਾਨ ਚੱਕ ਤੇ ਦੂਜਾ ਪਿੰਡ ਹੈਗਾ ਜੀ ਪਰਸਰਾਮ। ਚਲੋ ਜੀ, ਆਪਾਂ ਵਧਣ ਲੱਗੇ ਆ ਪਰਸਰਾਮ ਨੂੰ ਤੇ ਸ਼ਾਮ ਹੋਣ ਤੋਂ ਪਹਿਲੇ ਪਹਿਲੇ ਹੈ ਸਾਡੇ ਕੋਲ ਘੰਟਾ ਡੇਢ ਅੱਧੇ ਘੰਟੇ 'ਚ ਪਹੁੰਚਣਾ ਆਪਾਂ। ਅੱਛਾ ਫਿਰੋਜ਼ਪੁਰ, ਅੱਛਾ ਆਪਾਂ ਆ ਗਏ ਹਾਂ ਜੀ ਪਿੰਡ ਦੇ ਕੋਲ ਕੋਲ ਰਹਿ ਗਿਆ 3 ਕਿਲੋਮੀਟਰ ਤੇ ਭਾਜੀ ਪਿੰਡ ਦਾ ਤੁਸੀਂ ਦੱਸ ਰਹੇ ਸੀ ਭਾਈ ਸਾਹਿਬ ਦੇ ਫਾਦਰ ਸਾਹਿਬ 86 'ਚ ਆਏ ਸਨ ਤੇ ਇੱਥੇ ਆ ਕੇ ਜਿਹੜੇ ਬੰਦਿਆਂ ਨੂੰ ਮਿਲ ਕੇ ਗਏ ਸੀ ਉਹ ਪੁਰਾਣੇ ਬੰਦੇ ਸਨ? ਹਾਂਜੀ, ਉਹ ਸਾਡੇ ਜਿਹੜੇ ਦਾਦਾ ਜੀ ਹੋਣਾਂ ਦੇ ਨਾਲ ਤੇ ਪਰਦਾਦਾ ਜੀ ਹੋਣਾਂ ਨਾਲ ਜ਼ਮੀਨਾਂ ਦੇ ਵਿੱਚ ਕੰਮ ਕਰਦੇ ਸੀਗੇ। ਅੱਛਾ, ਸਾਡੇ ਘਰ ਦੇ ਤੇ ਨਾਲੇ ਉਹ ਤਰਖਾਣ ਤੇ ਲਾਹੌਰਾਂ ਤੇ ਲਾਹੌਰ ਸੀਗੇ, ਤਰਖਾਣ ਤੇ ਲਾਹੌਰ ਸੀ। ਬਰਕਤ ਸੀਗਾ ਇੱਕ ਨਾਂ ਤੇ ਇੱਕ ਨੱਥੂ ਸੀਗੇ ਤੇ ਮੇਰੇ ਪਿਆਰ ਚੋਂ ਤੋਂ ਚੰਗੇ ਨੇ। ਚਲੋ, ਕਾਂ ਉਹਨਾਂ ਦੀ ਬੱਚੇ ਪੀੜੀ ਹੋਏਗੀ ਉਹਨਾਂ ਦੀ ਰਸਲਾਂ। ਚਲੋ ਜੀ, ਪਿੰਡ ਮੈਨੂੰ ਲੱਗਦਾ ਸਾਹਮਣੇ ਹੀ ਪਿੰਡ ਹੈ, ਇਹਤੋਂ ਨਹੀਂ ਸੱਜੇ ਜਾਣਾ ਪਏਗਾ ਤੇ ਸੱਜੇ ਜਾ ਕੇ ਪਿੰਡ ਆਉਂਦਾ। ਪਹਿਲਾ ਪਿੰਡ ਆਉਣਾ ਮੇਰੇ ਕੋਲ ਪਠਾਨ ਚੱਕ। ਅੱਛਾ, ਇੱਕ ਮਿੰਟ ਲੱਗ ਜਾਂਦਾ ਯਾਰ। ਇਹ ਸਾਹਮਣੇ ਕਿਹੜਾ ਪਿੰਡ ਹੈ? ਇਹ ਪਿੰਡ ਪਠਾਨ ਚੱਕ ਕਿਹੜਾ? ਇਸ ਤੋਂ ਅਗਲਾ ਪਿੰਡ ਕਿਹੜਾ? ਪਰਸਰਾਮ। ਲਓ ਬਈ, ਇਹ ਪਠਾਨ ਚੱਕ ਸਾਡੇ ਸੱਜੇ, ਪਰਸਰਾਮ ਇਸ ਤੋਂ ਅਗਲਾ। ਇਹਦਾ ਮਤਲਬ ਇਹ ਵੇ ਕਿ ਅਸੀਂ ਆਪਾਂ ਨਾ ਥੋੜਾ ਜਿਹਾ ਅੱਗੇੋਂ ਗਲਤ ਮੇਰਾ ਮੋੜਿਆ। ਨਹੀਂ, ਸਾਨੂੰ ਬੀਬੀ ਨੇ ਠੀਕ ਮੋੜਿਆ। ਹੁਣੇ ਹੁਣ ਬੀਬੀ ਤੇ ਡਿਪੈਂਡ ਕਰਦਾ ਬੀਬੀ ਕਿੱਥੇ ਲੈ ਕੇ। ਆਪਾਂ ਵੈਸੇ ਇਸ ਰੂਟ ਤੋਂ ਹੀ ਹੋਣਾ ਸੀ ਮੇਰੇ ਖਿਆਲ ਨਾਲ, ਜਿਹੜੇ ਉਦਾਂ ਦੱਸਦੇ ਆ ਨਾ ਉਹ ਸ਼ਾਹਕੋਟ ਤੋਂ ਆ ਸਿੱਧੀ ਰੋਡ ਦੱਸਦੇ ਸੀ। ਪਹਿਲਾਂ ਪਠਾਨ ਚੱਕ ਸਿੱਧੀ ਸ਼ਾਹਕੋਟ ਤੋਂ ਪਠਾਨ ਚੱਕ ਤੋਂ ਅੱਗੇ ਆ ਯਾਰ, ਮੈਨੂੰ ਲੱਗਦਾ ਸਦਾ ਜਿਹੜਾ ਆ ਹੁਣ ਸਾਨੂੰ ਗੂਗਲ ਬੀਬੀ ਨੇ ਮਾਤ ਪਾਇਆ। ਚਲੋ ਕੋਈ ਨਹੀਂ, ਚਲੋ ਜੀ ਦੇ ਰਾਈ ਦਰੁਸਤ ਆ ਗਏ ਆ ਗਏ। ਆਪਾਂ ਬਸ ਪਹੁੰਚ ਗਏ ਕੇ ਰਹਿ ਗਏ 1 ਕਿਲੋਮੀਟਰ 4 ਕਿਲੋਮੀਟਰ। ਬਾਈ ਆਪਾਂ ਪਿੰਡ ਦੇ ਬੜੇ ਤੰਗ ਜੇ ਰਾਤ ਲੰਘਣੇ ਆ ਤੇ ਇੱਥੇ ਹੀ ਪਹੁੰਚਣੇ ਆ। ਪੁੱਛੋ ਬਾਈ, ਬਾਈ ਆਜ਼ਮ ਲੋਹਾਰ ਦਾ ਘਰ ਕਿਹੜਾ ਆ? ਆ ਵਾਲਾ ਬਰਕਤ ਦਾ, ਇਹ ਬਰਕਤ ਦਾ ਪੋਤਾ ਨਾ ਕੋਈ ਬੱਚਾ, ਮੈਨੂੰ ਨਹੀਂ ਪਤਾ। ਆਜ਼ਮ ਇਹ ਪੁੱਛੋ ਦਾ ਪੋਤਾ ਪੁੱਛੋ। ਹੋਈ ਇਹ ਤੁਹਾਨੂੰ ਪਤਾ ਇਹ ਬਰਕਤ ਦਾ ਪੋਤਾ ਆ? ਬਰਕਤ ਦਾ ਪੋਤਾ ਨਾ ਉਹ ਪਹਿਲਾ ਘਰ ਜਿਹੜਾ ਇੱਥੋਂ ਅੱਗੇ ਮੁੜ ਕੇ ਗੱਡੀ ਮੋੜ ਸਕਦੀ ਅੱਗੋਂ ਗੱਡੀ ਅੱਗੇ ਮੋੜ ਸਕਦੀ ਆ ਉਧਰ ਕਿੱਥੋਂ ਕਰਕੇ ਮੁੜੇਗੀ? ਕੁੜੀਆਂ
ਉਤਾਰ ਲੈਂਦੇ ਹਾਂ ਨਾਲੇ ਮੁੜ ਕੇ ਆਇਆ ਸੀ ਉਹਨੂੰ ਬੁਲਾਉਣਾ ਬੁਲਾਉਣਾ ਉਹਨੂੰ ਤੇਰਾ ਆਏ ਅਸੀਂ ਲਓ ਜੀ ਆਪਾਂ ਪਹੁੰਚ ਗਏ ਹਾਂ ਭਾਜੀ ਤੁਹਾਡੇ ਪਿੰਡ ਤੁਹਾਡੇ ਪਿੰਡ ਪਹੁੰਚੇ ਹਾਂ ਨਾ ਬਿਲਕੁਲ ਜੀ ਸਾਡੇ ਪੁਰਖਿਆਂ ਦੇ ਪਿੰਡ ਪੁਰਖਿਆਂ ਭਾਜੀ ਬਹੁਤ ਬਹੁਤ ਚਲੋ ਜੀ ਤੁਸੀਂ ਐਫਰਟ ਕੀਤੀ ਤੇ ਤੁਸੀਂ ਵੀ ਜਨਾਬ ਪਹੁੰਚ ਗਏ ਹੋ ਕਿਹੜਾ ਜੀ ਬਾਬੇ ਬਰਕਤ ਦਾ ਪੋਤਰਾ ਜੀ ਆ ਲਓ ਜੀ ਵਾਲੇਕੁਮ ਸਲਾਮ ਜੀ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੋਈ ਹੈ ਸਾਡੇ ਬਜ਼ੁਰਗਾਂ ਦੇ ਕੀ ਹਾਲ ਚਾਲ ਨੇ ਅੱਲਾਹ ਠੀਕ ਠਾਕ ਜੀ ਹਾਂਜੀ ਪਰਿਵਾਰ ਠੀਕ ਠਾਕ ਅੱਲਾਹ ਦਾ ਕਰਮ ਆ ਜਾਓ ਚਲੋ ਜੀ ਹਾਂ ਬਾਈ ਦੁੱਧ ਪੀਣਾ ਭਾਜੀ ਆ ਜਾਓ ਚੁਆਈ ਹੋ ਰਹੀ ਹੈ ਆ ਜਾਓ ਕੱਚਾ ਦੁੱਧ ਪਹੁੰਚਾ ਲੋਗੇ ਹੁਣ ਮੈਸੇ ਆਂਦੇ ਮੈਂ ਕਿਹਾ ਪਹੁੰਚਾਵਾਂਗੇ ਜ਼ਰੂਰ ਪਹੁੰਚਾ ਲੈਂਦੇ ਹੋ ਮੈਂ ਕਿਹਾ ਪਹੁੰਚਾਵਾਂਗੇ ਕੀ ਆ ਵਾ ਸਾਡੀ ਜਿਹੜੀ ਜਨਰੇਸ਼ਨ ਆ ਸਾਡੀ ਪੀੜ੍ਹੀ ਪਹੁੰਚਾ ਲੂਗੀ ਅਗਲੀ ਦਾ ਠੀਕ ਹੈ ਨਹੀਂ ਕਿਉਂਕਿ ਇਹ ਜਿਹੜਾ ਗੋਕਾ ਦੁੱਧ ਹੁੰਦਾ ਨਾ ਮਾਝਾ ਦੁੱਧ ਇਹ ਥੋੜਾ ਜਿਹਾ ਔਖਾ ਹੁੰਦਾ ਪਹੁੰਚਾਉਣਾ ਬਿਲਕੁਲ ਬਿਲਕੁਲ ਉਹ ਜਿਨ੍ਹਾਂ ਨੇ ਪੀਤੇ ਪਹਿਲਾਂ ਉਹ ਪਹੁੰਚਾ ਲੈਂਦੇ ਡੱਬਿਆਂ ਵਾਲੇ ਪੀਤੇ ਆ ਉਹਨਾਂ ਕੋਲ ਕਿੱਥੇ ਪਹੁੰਚਾਈ ਗਏ ਦਰਵਾਜ਼ੇ ਲੈ ਕੇ ਜਾਂਦੇ ਨੇ ਮਤਲਬ ਕਿ ਉੱਥੇ ਹੀ ਘਰ ਸੀ ਮੈਨੂੰ ਲੱਗਦਾ ਨੀ ਹੋਣਾ ਕੋਈ ਨਹੀਂ ਹੋਇਆ ਉਹੋ ਹੀ ਘਰ ਵਾ ਘਰ ਆਈਏ ਉਹ ਪੁਰਾਣਾ ਹੀ ਹੈ ਕਿ ਢਾਤਾ ਹੈ ਹੈ ਅਸੀਂ ਆਏ ਤੇ ਲਾਗੋ ਹੋ ਗਏ ਆਏ ਅਸੀਂ ਹਾਤੇ ਤੇ ਇਹ ਖੁੱਲੇ ਖੁੱਲੇ ਆ ਗਏ ਨੇ ਯਾਨੀ ਉਹ ਜਿਹੜੇ ਪੁਰਾਣੇ ਆਪਣੇ ਘਰਾਂ ਨੇ ਉਹ ਖੁੱਲੇ ਹਾਤੇ ਨਾ ਜਿਵੇਂ ਹੁਣ ਖੁੱਲਾ ਹਾਤਾ ਕਿਸੇ ਦਾ ਬਜ਼ੁਰਗ ਇੱਥੋਂ ਦੇ ਵਸੇਂਦੇ ਨੇ ਕਿ ਉਧਰੋਂ ਆਏ ਨੇ ਅੱਛਾ ਅੱਛਾ ਠੀਕ ਹੋ ਅੱਲਾ ਸ਼ੁਕਰ ਆ ਤੁਸੀਂ ਸੁਣਾ ਬਸ ਠੀਕ ਠਾਕ ਜੀ ਸਲਾਮ ਅਲੈਕੁਮ ਜੀ ਸਲਾਮ ਜੀ
ਕੀ ਨਾਮ ਹੈ ਬਜ਼ੁਰਗੋ ਤੁਹਾਡਾ? ਅੱਛਾ ਜੀ, ਤੁਸੀਂ ਉਦੋਂ ਆਏ ਹੋ ਕਿਹੜੇ ਸ਼ਹਿਰ ਤੋਂ, ਕਿਹੜੇ ਪਿੰਡ ਤੋਂ? ਜਲੰਧਰ ਜ਼ਿਲ੍ਹਾ। ਅੱਛਾ ਜੀ, ਤਹਿਸੀਲ ਕੋਟਦਰ। ਹਾਂ, ਤਲਵੰਡੀ ਬਖਸ਼ੇ ਵਾਲੇ। ਠੀਕ, ਤੁਹਾਡੀ ਏਜ ਕੀ, ਉਮਰ ਕਿੰਨੀ? ਉਮਰ ਕੋਈ ਹੋਣੀ ਆ 92 ਕਦੋਂ ਮੈਂ। ਅੱਛਾ, ਜਦੋਂ ਆਏ ਉੱਥੋਂ ਚੱਲੇ ਉਹ, ਤੁਹਾਨੂੰ ਹੋਸ਼ ਸੀ ਇਹਦਾ ਮਤਲਬ? ਫਿਰ ਕਿੰਨੀ ਉਮਰ ਸੀ ਉਦੋਂ? ਉਦੋਂ 18-19 ਸਾਲ ਦੀ ਸੀ ਜੀ। 18-19 ਸਾਲ ਆ ਫਿਰ ਹੈ ਬਿਲਕੁਲ, ਫਿਰ ਤੁਹਾਨੂੰ ਹਰ ਸ਼ਹਿ ਯਾਦ ਹੋਣੀ ਹੈ। ਠੀਕ ਹੈ, ਅਤੇ ਖੈਰੀ ਸਲਾਮਤੀ ਆ ਗਏ ਸੀ ਸਾਰਾ ਘਰ ਪਰਿਵਾਰ? ਬਸ ਇੱਦਾਂ ਹੀ ਆ, ਕੁਛ ਆ ਗਿਆ ਸੀ ਕੁਛ ਬਾਰੇ ਗੱਲ। ਉੱਧਰ ਬੈਠੇ ਸੀ, ਬੈਠੇ ਕੋਈ ਜਲੰਧਰ ਦੇ ਵਿੱਚ ਸਾਡਾ ਹਾਂਜੀ ਨਵੇਂ ਸ਼ਹਿਰ ਦੇ ਨਾਤੇ ਆ। ਹਾਂਜੀ ਹਾਂਜੀ, ਪਰ ਸਾਡੇ ਬਜ਼ੁਰਗ ਇੱਥੋਂ ਗਏ ਸੀ। ਅੱਛਾ ਬਾਬਾ ਜੀ, ਇੱਕ ਬੜਾ ਪਰਸਨਲ ਜਿਹਾ ਸਵਾਲ ਆ ਕਰਨ ਲੱਗਾ, ਜਦੋਂ ਤੁਸੀਂ ਉੱਠ ਕੇ ਆਏ ਹੋ, ਤੁਹਾਡੀ ਉਮਰ ਸੀ 18 ਸਾਲ, ਅਤੇ ਤੁਹਾਡੇ ਵੱਡਿਆਂ ਨੂੰ ਤੁਸੀਂ ਦੱਸਦੇ ਹੋ ਕੁਛ ਆ ਗਏ ਕੁਛ ਨਹੀਂ ਆਏ, ਜਿਵੇਂ ਤੁਸੀਂ ਉੱਠ ਕੇ ਜੱਫੀ ਪਾਈ ਹੈ ਔਰ ਜਿਵੇਂ ਤੁਸੀਂ ਮਿਲੇ ਹੋ, ਦਿਲ ਦੇ ਵਿੱਚ ਨਹੀਂ ਆਇਆ ਕਿ ਬਈ ਇਹ ਤੇ ਉਹ ਲੋਕ ਸਨ ਕਿ ਜਿਨ੍ਹਾਂ ਵੱਢਿਆ ਸੀ? ਇੱਕ ਮਿੰਟ ਦਾ, ਵੇਖ ਲੋ ਜੀ ਜਿਹੜੀ ਗੱਲ ਅਸੀਂ ਕਰਦੇ ਪਏ ਸੀ ਹੈ ਉਹੀ ਨਾ ਬਜ਼ੁਰਗਾਂ ਨੇ ਸਾਨੂੰ ਸ਼ੁਰੂ ਤੋਂ ਦੱਸਿਆ ਨਾ, ਅਸੀਂ ਉੱਥੇ ਸੀ ਗਏ ਸੀਗੇ ਏਦਾਂ, ਉਹ ਇੱਕ ਖਿੱਚ ਸਾਨੂੰ ਇੱਥੇ ਲੈ ਕੇ ਆਈ ਆ ਕਿ ਸਾਡੇ ਬਜ਼ੁਰਗ ਇਸ ਕਿਉਂ ਜਿਹੜੇ ਈਵਨ ਮੇਰੇ ਆਪਣੇ ਪਿੰਡ ਨੂੰ ਵੇਖਣ ਤਰਸਦੇ ਰਹੇ। ਏਦਾਂ ਮੇਰੇ ਦਾਦਾ ਜੀ ਪੜਦਾਦਾ ਜੀ ਸਾਰੇ ਇਸ ਪਿੰਡ ਤੋਂ ਗਏ ਆ, ਉਹ ਸਾਰੀ ਉਮਰ ਇਸ ਪਿੰਡ ਨੂੰ ਵੇਖਣ ਨੂੰ ਤਰਸਦੇ ਰਹੇ। ਪਤਾ ਨੀ ਅੱਲਾ ਨੇ, ਚਲੋ ਸਾਡੇ ਚਾਚਾ ਜੀ ਇਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਮੌਕਾ ਦਿੱਤਾ ਸੀਗਾ, ਉਹ ਇੱਥੇ ਆ ਗਏ ਆਪਣਾ ਪਿੰਡ ਵੇਖ ਗਏ ਸੀਗੇ, ਤੇ ਜਾਂ ਸਾਨੂੰ ਹੁਣ ਉਹਨੇ ਅੱਲਾ ਨੇ ਅਸੀਂ ਤੁਸੀਂ ਇੱਥੇ ਬੈਠੇ ਹੋ ਨਾ, ਅਸੀਂ 2 ਮਿੰਟ ਸਿਰਫ ਇਹਨਾਂ ਦਾ ਦਰਵਾਜ਼ਾ ਇੱਕ ਵੇਖ ਕੇ ਆ ਕੇ ਤੁਹਾਡੇ ਨਾਲ 5 ਮਿੰਟ ਗੁਜ਼ਾਰਨ ਗੱਲ ਕਰਨੀ ਤੁਹਾਡੀ ਇਹ। ਹਾਂ, ਬਸ ਉਹ ਬੂਆ ਦੇਖ ਕੇ ਆਏ। ਨਿਸ਼ਾਨੀ ਇੱਥੇ ਕਿਹੜੀ ਆ ਉਸ ਟਾਈਮ ਦੀ? ਨਹੀਂ, ਹੋਰ ਪੁਰਾਣੀ ਨਿਸ਼ਾਨੀ ਇੱਥੇ ਕਿਹੜੀ ਜਦੋਂ ਤੁਸੀਂ ਆਏ ਸੀ ਉਦੋਂ ਦੀ? ਕੋਈ ਵੀ ਨਿਸ਼ਾਨੀ ਨਹੀਂ ਜੀ। ਅੱਛਾ ਜੀ, ਇਦਾਂ ਹੀ ਸੀਗਾ ਪਿੰਡ ਜਿੱਦਾਂ ਹੋਇਆ? ਨਹੀਂ ਨਹੀਂ, ਉਹ ਕੋ ਪੁਰਾਣੇ ਘਰ ਜਿਹੜੇ ਹੈ ਇਹ ਢਾਤੇ ਨੇ। ਚਲੋ ਅਸੀਂ ਵੇਖ ਕੇ ਆਏ, ਤੁਸੀਂ ਬਵੋ। ਹਾਂ, ਤੁਸੀਂ ਬਵੋ, ਅਸੀਂ ਵੇਖ ਕੇ ਆਏ, ਹੈ ਨਾ? ਓਕੇ ਓਕੇ ਜੀ, ਬਜ਼ੁਰਗ ਮਿਲਦੇ ਆ ਨਾ। ਕਿੱਥੇ? ਅੱਛਾ ਜੀ, ਅੱਛਾ, ਇਹ ਗੁਰਦੁਆਰੇ ਦਾ ਹਿੱਸਾ ਸੀ? ਹਾਂਜੀ, ਆ ਸਾਰਾ ਗੁਰਦੁਆਰੇ ਦਾ ਹਿੱਸਾ। ਠੀਕ ਹੈ, ਇੱਥੇ ਨਾ ਉਹ ਘਰ ਹੁੰਦਾ ਸੀ, ਉਹਨੂੰ ਨਾ ਇੱਕ ਇੱਥੇ ਘਰ ਦੇ ਵਿੱਚ ਵੇਖੋ ਹੀ ਹੁੰਦੀ ਸੀ ਕਿਸੇ ਦੇ, ਲੋ ਜੀ ਆਪਾਂ ਪਹੁੰਚ ਗਏ ਜੀ।
ਲਓ ਭਾਜੀ ਆਹ ਸੀ ਦਰਵਾਜ਼ਾ ਤੁਹਾਡਾ, ਇਹ ਉਹੀ ਪੁਰਾਣਾ ਦਰਵਾਜ਼ਾ ਹੈ ਜੀ, ਅੱਛਾ ਹੁਣ ਮੈਨੂੰ ਇੱਕ ਹੋਰ ਗੱਲ ਦੱਸਿਆ ਜੇ ਇਹ ਜਿੱਥੇ ਦਰਵਾਜ਼ਾ ਲੱਗਿਆ ਇਹ ਸ਼ੁਰੂ ਤੋਂ ਹੀ ਇੱਥੇ ਲੱਗਾ ਰਿਹਾ, ਇੱਥੇ ਹੀ ਵੇਖਿਆ, ਇਹਦਾ ਮਤਲਬ ਇਹ ਹੋਇਆ ਕਿ ਇਹ ਹੱਥ ਆ ਫਿਰ ਇਹਨਾਂ ਦਾ, ਕਿਉਂ ਭਾਜੀ? ਭਾਜੀ ਆਪਾਂ ਪਹੁੰਚ ਗਏ ਜੀ ਤੁਹਾਡੇ ਘਰ ਦੇ ਕੋਲ, ਤੁਹਾਡੇ ਦਰਵਾਜ਼ੇ ਕੋਲ, ਇੱਧਰ ਮੇਰੇ ਵੱਲ ਵੇਖੋ ਲੋ ਜੀ, ਲੋ ਕੀ ਹੋ ਗਿਆ, ਕਿਹਦਾ ਧਿਆਨ ਪਾਈ ਜਾਂਦੇ ਆ, ਥੋੜਾ ਜਿਹਾ ਇਮੋਸ਼ਨਲ ਜਿਹਾ ਜਿਹੜਾ ਹੈਗਾ, ਤੁਸੀਂ ਆਪਣਾ ਚਾਰ ਚੁਫੇਰੇ ਵੇਖਣ ਦੇ ਆ? ਨਹੀਂ ਮੈਂ ਉਹੀ ਦੇਖਣ ਡਿਆ, ਮੈਂ ਕਿਹਾ ਵੀ ਬਜ਼ੁਰਗ ਇੱਥੋਂ ਹੀ ਉੱਠ ਕੇ ਗਏ ਹੈ ਨਾ ਇਹਨਾਂ ਗਲੀਆਂ ਦੇ ਵਿੱਚੋਂ, ਤੇ ਜਿੱਦਾਂ ਮਤਲਬ ਹੁਣ ਅਸੀਂ ਚਲੋ ਉੱਥੋਂ ਦੇ ਜੰਮੇ ਪਲੇ ਹਾਂ ਹਨਾ, ਤੇ ਮੈਂ ਉਹੀ ਸੋਚ ਰਿਹਾ ਕਿ ਇੱਕ ਦਿਨ ਸਾਰਾ ਕੁਛ ਇੱਥੇ ਕੀਤਾ, ਇੱਕ ਦਿਨ ਅਚਾਨਕ ਹੀ ਤੁਹਾਨੂੰ ਪਤਾ ਲੱਗੇ ਹਾਂ ਕਿ ਅੱਜ ਤੁਸੀਂ ਸਾਰਾ ਕੁਛ ਛੱਡ ਕੇ ਚੱਲ ਜਾਣਾ ਹਨਾ, ਕੀ ਬੀਤੀ ਹੋਊਗੀ ਹਨਾ, ਜਾਂ ਅੱਜ ਸਾਨੂੰ ਜਿੱਥੇ ਅਸੀਂ ਅੱਜ ਬੈਠੇ ਹਾਂ ਸਾਨੂੰ ਪਤਾ ਲੱਗੇ ਕਿ ਵੀ ਅੱਜ ਤੁਸੀਂ ਉੱਠ ਕੇ ਚੱਲ ਜਾਓ ਆਪਣਾ ਸਾਰਾ ਕੁਛ ਛੱਡ ਕੇ, ਤੇ ਉਹ ਕਿੱਡਾ ਵੱਡਾ ਜਿਗਰਾ ਕਰਕੇ ਗਏ ਹੋਣਗੇ ਹਨਾ, ਜਾਂ ਆਪਣੀਆਂ ਜ਼ਮੀਨਾਂ ਆਪਣਾ ਘਰ ਬਾਰ ਸਾਰਾ ਕੁਛ ਛੱਡ ਕੇ। ਕਿੰਨੀ ਜ਼ਮੀਨ ਦੱਸ ਦੇ, ਕਿੰਨੀ ਜ਼ਮੀਨ ਸੀ ਆਪਣੀ ਇੱਥੇ? ਭਾਈ ਕਿੰਨੇ ਸੀਗੇ ਮਰੱਬੇ? ਕਾਫੀ ਮਰੱਬੇ ਸੀ। ਅੱਛਾ ਮਰੱਬਿਆਂ ਦੇ ਹਿਸਾਬ ਨਾਲ ਸੀ? ਹਾਂਜੀ ਕਾਫੀ ਮਰੱਬੇ ਸੀ, ਕਿਉਂਕਿ ਸਾਡਾ ਪਰਿਵਾਰ ਬਹੁਤ ਵੱਡਾ ਸੀ। ਅੱਛਾ ਅੱਛਾ ਅੱਛਾ। ਜਿਹੜਾ ਸੀਗਾ ਆਪਣੀ ਗੋਤ ਕੀ ਸੀ? ਅਸੀਂ ਜੋਸਨ ਹਾਂ ਜੀ। ਜੋਸਨ? ਹਾਂਜੀ ਠੀਕ ਹੈ, ਤੇ ਜੋਸਨ ਇੱਕ ਕੰਬੋਜ਼ ਬਰਾਦਰੀ ਹੈ ਸਾਡੀ। ਅੱਛਾ ਕੰਬੋਜ਼, ਹਾਂਜੀ ਕੰਬੋਜ਼ ਹੈ। ਠੀਕ 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 ਹੋ ਗਿਆ। ਚੱਕ ਵੀ ਸਦਾਂਦਾ? ਨਹੀਂ ਜਗ੍ਹਾ ਨਾ ਸਾਡੇ ਬਜ਼ੁਰਗਾਂ ਨੇ ਸ਼ਿਮਲੇ ਜਾ ਕੇ ਉਹਨੂੰ ਪੈਸੇ ਦੇ ਖਰੀਦੀ ਸੀਗੀ, ਉਸ ਬੰਦੇ ਨੇ ਪਰਸਰਾਮ ਦੇ ਨਾਂ ਤੇ ਪਿੰਡ ਦਾ ਨਾਂ ਤਾਂ ਪਿਆ ਸੀਗਾ। ਠੀਕ ਹੋ ਗਿਆ। ਉਸ ਬੰਦੇ ਇੱਕ ਦੀ ਮਲਕੀਤ ਸੀਗੀ। ਫਿਰ ਉੱਥੇ ਜਾ ਕੇ ਪੇਮੈਂਟ ਕਰਕੇ ਤੇ ਇੱਥੋਂ? ਹਾਂਜੀ ਉੱਥੋਂ ਪੇਮੈਂਟ ਕਰਕੇ ਫੇਰੇ ਜਗ੍ਹਾ ਲਈ ਸੀ ਉਹਨਾਂ ਨੇ ਤੇ ਆਪ ਖਰੀਦੀ ਸੀ। ਜਦੋਂ 12 ਬਣੀਆਂ ਉਹ 12 ਚ ਨਹੀਂ ਸੀ ਆਏ, 12 ਬਣਨ ਤੋਂ ਥੋੜੇ ਚਿਰ ਬਾਅਦ ਚ ਆਏ ਸੀਗੇ, ਜਦੋਂ 12 ਬਾਅਦ ਹੋਈਆਂ ਨਾ, ਉਸ ਤੋਂ ਬਾਅਦ ਫਿਰ ਉਹਨੇ ਆਪ ਜਮਾ ਇਹ ਖਰੀਦਿਆ ਸੀ। ਚਲੋ ਜੀ ਮਾਰੀਏ ਨਾਰਾ ਪਿਛਾਂ ਨੂੰ। ਬਿਲਕੁਲ ਜੀ, ਉਹ ਬਜ਼ੁਰਗਾਂ ਨੂੰ ਵੀ ਮਿਲਣਾ ਵਾਪਸ, ਉਹ ਜਿਹੜੇ ਬੰਦੇ ਬੈਠੇ ਸੀ। ਕੋਈ ਗੱਲ ਨੀ, ਗੇੜਾ ਤੇ ਪਿੰਡ ਦਾ, ਮੇਨ ਨਿਸ਼ਾਨੀਆਂ ਲੱਭ ਗਈਆਂ ਸਾਨੂੰ। ਬਿਲਕੁਲ ਜੀ ਬਿਲਕੁਲ, ਉਹ ਬਜ਼ੁਰਗ ਬੈਠੇ ਇੰਤਜ਼ਾਰ ਕਰਦੇ ਉਹਨਾਂ ਨੂੰ ਮਿਲਣਾ। ਬਿਲਕੁਲ ਪੈ ਰਿਹਾ ਜੀ, ਆਪਣੇ ਮਿੱਟੀ ਨੂੰ ਦੇਖਣਾ ਹਾਂਜੀ, ਉਹ ਦਰਵਾਜ਼ਾ ਵੇਖਣਾ, ਪੁਰਾਣੀ ਨਿਸ਼ਾਨੀ ਕਹਿੰਦੇ ਜੀ, ਉਹੀ ਪੁਰਾਣਾ ਗੇਟ ਰਹਿੰਦਾ, ਬਾਕੀ ਸਾਰਾ। ਚਲੋ ਇਹ ਤੁਹਾਡੇ ਅੰਡਰ ਆਉਂਦਾ ਗੇਟ, ਬਸ ਸੰਭਾਲ ਲਿਆ ਜੇ, ਇਹ ਸਾਂਭ ਕੇ ਰੱਖਿਆ ਜੇ, ਮੁੰਡੇ ਵਿੱਚ ਵਿੱਚ ਆਉਂਦੇ ਰਹਿਣਗੇ ਗੇਟ ਵੇਖਣ, ਸਾਡੇ ਵੀ ਬੱਚੇ ਆਉਣਗੇ ਹਾਂ ਜੇ ਸੰਭਾਲੋ। ਹਾਂਜੀ ਬਜ਼ੁਰਗੋ, ਲੱਭ ਗਈ ਜੀ, ਆ ਜਾਓ 2 ਮਿੰਟ ਉੱਥੇ ਬਹੀਏ ਤੁਹਾਡੀ ਮੰਜੀ ਤੇ, ਆ ਜਾਓ ਤੁਹਾਡੇ ਕੋਲ 2 ਮਿੰਟ ਗੁਜ਼ਾਰਨੇ ਨੇ, ਮਿਹਰਬਾਨੀ ਤੁਹਾਡੀ ਜੀ।
ਉੱਥੇ ਸਗੋਂ ਪੱਖਾ ਲੱਗਾ ਸੀ ਉਹੀ ਠੀਕ ਹੈ, ਉੱਥੇ ਚੱਲਨੇ ਆ। ਨਹੀਂ ਮਾਰਦੀ ਸਰਪਾ, ਨਹੀਂ ਮਾਰਦੀ ਬਹਿ ਆਨੇ ਨੇ ਮੰਜਾ ਉਸ ਉਹ ਮੇਰੀ ਉਹ ਇਸ ਲਈ ਬਹਿੰਦੇ ਆ ਕਿ ਉਹਨਾਂ ਹਾਂ ਉਹਨਾਂ ਦਾ ਦਿਲ ਕਰਦਾ ਉਹ ਪੁਰਾਣੀ ਯਾਦ ਆਪਣੀ ਤਾਜ਼ਾ ਕਰਨੀ ਚਾਹੁੰਦੇ ਆ। ਉਹ ਬੁਲਾਇਆ ਜੀ ਉਹਨਾਂ ਨੂੰ ਕਿੱਧਰ ਗਏ? ਉਹ ਮੇਰੇ ਖਿਆਲ ਚ ਕੈਨੇਡਾ ਤੋਂ ਨਾ ਡੈਡੀ ਚਾਚਾ ਜੀ ਉਦਣ ਆਏ ਸੀਗੇ ਜਿੱਦਣ ਤੂੰ ਹੋਇਆ ਸੀ ਨਾ। ਇੱਕ ਮਿੰਟ ਲਾਈਟ ਦੇਣਾ ਬਾਈ ਚਾਰ ਦਿਨਾਂ ਬਾਅਦ ਹੀ ਮੇਰੇ ਫਾਦਰ ਸਾਹਿਬ ਇੱਥੇ ਇਹਨਾਂ ਨੂੰ ਮਿਲੇ ਸੀ ਭਾਈ ਸਾਹਿਬ ਨੂੰ ਉਸ ਟਾਈਮ। ਇਹ ਸਾਡੇ ਪਰਿਵਾਰ ਦਾ ਹਿੱਸਾ ਹੀ ਸੀਗੇ, ਮਤਲਬ ਪਰਿਵਾਰ ਸਾਰਾ ਭਾਜੀ ਹੁਣਾਂ ਦਾ ਤੇ ਇਹ ਵੀ ਸਾਡੇ ਬਜ਼ੁਰਗਾਂ ਦੇ ਪਰਿਵਾਰ ਦਾ ਹਿੱਸਾ ਹੀ ਸੀਗੇ ਤੇ ਉਹ ਫਿਰ ਆਣ ਕੇ ਜਦੋਂ ਇੱਥੇ ਮਿਲ ਕੇ ਗਏ ਆ ਫਿਰ ਇਹ ਪਹਿਲੇ ਦਿਨ ਉਹ ਆਣ ਕੇ ਮਿਲ ਕੇ ਗਏ ਆ ਇਹ ਸਾਰੇ ਜਨ ਮਕਾਨਾ ਸਾਹਿਬ ਇਹ ਸਾਰੇ ਮਿਲ ਗਏ ਆਇਆ ਤੁਸੀਂ ਫਿਰ ਮਿਲ ਕੇ ਆਏ ਉੱਥੇ? ਹਾਂਜੀ ਮਿਲ ਕੇ ਆਏ ਸਰ, ਉਹ ਸਾਡੇ ਘਰ ਹੀ ਆਏ ਸਨ। ਹਾਂਜੀ ਸਾਡੇ ਨਾਲ ਮੁਲਾਕਾਤ ਹੋਈ ਸੀ ਉਹਨਾਂ ਦੀ। ਅੱਛਾ ਫਿਰ ਅਸੀਂ ਨਨਕਾਣੇ ਗਏ ਸਨ ਮਿਲ। ਚਲੋ ਜੀ ਚਲੋ ਮਿਲ ਕੇ ਆਏ ਸਨ। ਚਲੋ ਜੀ ਇਹਨਾਂ ਨੂੰ ਇਹਨਾਂ ਦੇ ਹੱਥੇ 'ਚ ਲੈ ਕੇ ਜਾ ਰਹੇ ਸੀ, ਉੱਧਰ ਦੱਸ ਰਹੇ ਸੀ ਇਹਨਾਂ ਦਾ ਹੱਥ ਹੈ, ਹੱਥ ਵਿਖਾ ਕੇ ਲਿਆਏ ਇਹਨਾਂ ਨੂੰ। ਸਾਨੂੰ ਨਹੀਂ ਵਿਖਾਇਆ, ਸਾਨੂੰ ਵੀ ਵਿਖਾ ਲਓ ਮੜਾ ਜਿਹਾ। ਹਾਂਜੀ ਇਹਨਾਂ ਦਾ ਜਿਹੜਾ ਘਰ ਸੀ ਉਹ ਕਿੱਥੇ? ਪਿਛਲੇ ਪਾਸੇ। ਇਹ ਪਿਛਲੇ ਪਿਛਲੇ ਸਾਈਡ ਤੇ? ਹਾਂ ਪਿਛਲੇ ਸਾਈਡ ਤੇ। ਅੱਛਾ ਉਹ ਹਾਂ ਉਹੀ ਹੈ, ਠੀਕ ਹੈ ਠੀਕ ਉਹੀ ਹੈ ਜੀ, ਕਨਫਰਮ ਹੋ ਗਿਆ ਜਗ੍ਹਾ ਤੁਹਾਡਾ ਘਰ ਉਹੀ ਸੀ। ਹਾਂਜੀ ਉਹ ਘਰ ਪਿਛਲੇ ਘਰ ਪਾਸੇ ਘਰ ਉਹ ਹੈ ਜੀ, ਕਿਉਂਕਿ ਪਿੰਡ ਸਾਂਝਾ ਸੀ। ਹਾਂਜੀ ਬੈਕ ਇੱਕ ਲੱਗਦੀ ਹੈ, ਉਹ ਕਹਿੰਦੇ ਆ ਸਾਰੇ ਜੀ ਅੱਧੇ ਦਾ ਮੂੰਹ ਕੁਝ ਮੂੰਹ ਇੱਕ ਪਾਸੇ ਇੱਕ ਦੇ ਇੱਕ ਦੇ ਇੱਕ ਪਾਸੇ ਹੈ ਨਾ, ਸਾਰੇ ਘਰ ਛੱਤਿਆਂ ਛੱਤਾਂ ਕੱਟੇ ਦੀਵਾਰ ਵਿੱਚ ਸਾਂਝੀ ਇਕੱਠੀ ਸੀ ਦੀਵਾਰ ਸੀ ਜੀ ਜੀ ਜੀ। ਇਸ ਵਜ੍ਹਾ ਨਾਲ ਉਹਨਾਂ ਦੀ ਮੁਲਾਕਾਤ ਵੱਡਿਆਂ ਨਾਲ ਸੀਗੀ ਜੀ ਜੀ ਜੀ। ਤੁਸੀਂ ਵੀ ਇੱਥੋਂ ਦੇ ਵਸੇਂਦੇ ਉਧਰੋਂ ਆਏ ਹੋ? ਨਹੀਂ ਅਸੀਂ ਇੱਧਰ ਹੀ ਆਏ, ਇਹ ਵਸੇਂਦੇ ਹੀ ਆ। ਅੱਛਾ 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 ਵਸੇਂਦੇ ਤੇ ਇਹਨਾਂ ਚੀਜ਼ਾਂ ਸਾਨੂੰ ਪਤਾ ਲੱਗਾ, ਸਾਰੇ ਵੱਡਿਆਂ ਦੱਸਿਆ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਇਹਨਾਂ ਨੇ ਅਸੀਂ ਦੱਸਿਆ ਵੀ ਇਹਨਾਂ ਜਿਹੜੇ ਵੱਡੇ ਮੁਖਤਾਰ ਸਿੰਘ ਸੀ ਹਾਂ ਦੱਸਿਆ ਕਿ ਮੈਂ ਉਹ ਆਏ ਸਨ ਸੀਗੇ, ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਸੀ। ਠੀਕ ਹੋਇਆ। ਕੋਸ਼ਿਸ਼ ਕਰਾਂਗੇ ਦੁਬਾਰਾ ਉਹਨਾਂ ਦਾ ਵੀਜ਼ਾ ਲਵਾ ਕੇ ਫਿਰ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਕਰਵਾਉਣ ਦੀ। ਸਾਰੇ ਪਰਿਵਾਰ ਲੈ ਕੇ ਆਓ, ਸਾਰੇ ਪਰਿਵਾਰ ਨੂੰ ਬੱਚਿਆਂ ਨੂੰ ਸਾਰੇ ਆਪਣੇ ਪਰਿਵਾਰ ਨੂੰ ਲੈ ਕੇ ਆਵਾਂਗੇ। ਬੈਠਾ ਪਾਣੀ ਦਾ ਪੀਵਾਂਗੇ, ਪਾਣੀ ਜ਼ਰੂਰ ਪੀਵਾਂਗੇ ਜੀ, ਪਾਣੀ ਪੀ ਲਓ, ਆਜੋ ਪਾਣੀ ਪੀਏ, ਪਾਣੀ ਪੀਏ। ਇਹ ਸਾਰੇ ਜਿਹੜੇ ਸੀ ਉੱਥੋਂ ਪਿੰਡ ਤੋਂ ਕਿੱਥੇ ਆਏ ਸੀ ਬਜ਼ੁਰਗਾਂ ਦੇ ਨਾਲ? ਨਿਜ਼ਾਮਪੁਰਾ ਪਹਿਲਾਂ ਪੁਰਾਣਾ ਪਿੰਡ ਸੀ ਨਾ। ਹਾਂਜੀ ਤੇ ਨਿਜ਼ਾਮਪੁਰੇ ਤੋਂ ਨਿਜ਼ਾਮਪੁਰੇ ਤਿੰਨ ਨੇ ਇੱਥੇ ਉਹਨਾਂ ਦੇ ਨਾਂ ਤੇ ਤਿੰਨ ਪਿੰਡ ਪਹਿਲੇ ਨਿਜ਼ਾਮਪੁਰ ਇੱਕ ਚੇਰੀਆ ਇੱਕ ਦੇਵਾ ਸਿੰਘ ਇੱਕ ਮੂਲਾ ਸਿੰਘ ਬੋਤਲ ਕਿਹੜੀ? ਹੁਣ ਇਹ ਵੀ ਤੈਅ ਕਰੋ ਕਿਹੜੀ ਬੋਤਲ ਤੁਹਾਡੇ ਵਾਲੀ ਕਿ ਸਾਡੇ ਵਾਲੀ।
ਤੁਹਾਡੇ ਵਾਲੀ ਕਿ ਸਾਡੇ ਵਾਲੀ? ਅੱਛਾ ਅੱਛਾ, ਤੁਸੀਂ ਉਹਨੇ ਚਾਹੁੰਦੇ ਹੋ? ਨਹੀਂ, ਉਹਨੇ ਤੁਸੀਂ ਚਾਹੁੰਦੇ ਹੋ ਭਾਜੀ? ਉਹ ਸਾਰਾ ਕੁਝ ਕੋਈ ਨੀ, ਚੱਲ ਜਾਏਗਾ ਕੰਮ। ਆਜੋ ਬਾਈ, ਆਜੋ ਜੀ, ਆਉਂਦੀ ਯਾਦ ਮੰਜੀਆਂ ਡੱਠੀਆਂ ਦੀ ਮੰਜੀਆਂ ਲੱਭੀਆਂ ਜਿਹਨੇ ਜਿਹਨੇ ਜ਼ਿਆਦਾ ਹਵਾ ਲੈਣੀ ਹੁੰਦੀ ਸੀ ਉਹ ਅਗਲੀ ਮੰਜੀ ਦੇ, ਉਹ ਆਖਰ ਵਾਲਾ ਵਿਚਾਰਾ ਆ ਰਹਿ ਜਾਂਦਾ ਹਵਾ ਦਾ। ਹੈਂ, ਨਹੀਂ ਸਾਡੇ ਦੌਰ ਦੀ ਗੱਲ ਕਰਨੇ ਪਰ ਇੱਕ ਗੱਲ, ਉਹ ਵੀ ਇੱਕ ਦਿਨ ਆ ਕੇ ਉਹ ਵੀ ਪੱਕ ਜਾਂਦਾ ਸੀ ਬੰਦਾ ਅਗਲਾ। ਸਾਡੇ ਕੀ ਹੁੰਦਾ ਸੀ, ਸਾਰਿਆਂ ਦੇ ਏਦਾਂ ਹੀ, ਜਿਹੜਾ ਘਰ ਦਾ ਲਾਣੀਦਾਰ ਆ ਨਾ, ਠੀਕ ਆ, ਉਹਨੇ ਸਭ ਤੋਂ ਪਹਿਲਾਂ ਪਹਿਲੇ ਮੰਜੇ ਤੇ ਉਹਨੇ ਸੋਣਾ, ਠੀਕ ਆ, ਐਡਾ ਢਿੱਡ ਹੋਣਾ ਅਗਲੇ ਨੂੰ ਸਵਾਰ ਹੀ ਹੋਣੀ, ਤੇ ਨਾਲੇ ਵੱਡੇ ਵੱਡੇ ਘਰਾਣੇ ਛੱਡਣੇ। ਪਿਛਲੇ ਵਿਚਾਰੇ ਰਹਿ ਜਾਂਦੇ ਹੁੰਦੇ ਸੀ, ਜਿਹੜੀ ਸਾਡੇ ਵਰਗੀ ਹੁੰਦੀ ਸੀ ਬੱਚਾ ਪਾਰਟੀ, ਉਹਨਾਂ ਦਾ ਮੰਜਾ ਦੋ ਪੱਖੇ ਲੱਗਣੇ, ਇੱਕ ਇੱਧਰ ਤੇ ਇੱਕ ਉਧਰੋਂ ਐਂਡ ਚ, ਇੱਕ ਲਾਣੇਦਾਰ ਇੱਧਰ ਤੇ ਦੂਜਾ ਲਾਣੇਦਾਰ ਵਿਚਕਾਰ, ਅਸੀਂ ਬੱਚਾ ਪਾਰਟੀ ਵਿਚਕਾਰ, ਨਾ ਹੀ ਇੱਧਰੋਂ ਕੁਛ ਨਾ ਹੀ ਉਧਰੋਂ ਕੁਛ, ਨਾਲੇ ਉਹਦੀ ਗੱਲ ਸੀ, ਅਸੀਂ ਐਂਡ ਤੇ ਇਸ ਗੱਲੋਂ ਵੀ ਨਹੀਂ ਸੀ ਸੌਂਦੇ, ਐਂਡ ਤੇ ਇਸ ਗੱਲੋਂ ਵੀ ਨਹੀਂ ਸੀ ਸੌਂਦੇ ਕੋਈ ਚੁੱਕ ਕੇ ਨਾ ਲਾਈਏ, ਬੱਚੇ ਪਾ ਵੀ ਤੇ ਕੱਛੇ ਲੈਂਦੇ ਸੀ ਨਾ, ਉਹਦੇ ਕੱਪੜੇ ਪਾਉਣ ਦੀ ਜ਼ਰੂਰਤ ਵੀ ਨਹੀਂ ਸੀ, ਬਿਲਕੁਲ ਨਹੀਂ ਸੀ ਜ਼ਰੂਰਤ ਜੀ। ਲਓ ਜੀ, ਆਪਾਂ ਆ ਗਏ ਹਾਂ ਉਸੇ ਘਰ ਜਿੱਥੇ ਪਹਿਲੇ ਆਏ ਸੀ। ਦਹਾਇਆ ਜੀ, ਭਾਜੀ ਕੀ ਫੋਟੋ ਵਹਾ ਰਹੇ ਸੀ ਤੁਸੀਂ ਮੈਨੂੰ? ਇਹ ਸਾਡੇ ਪੜਦਾਦਾ ਜੀ ਸੀਗੇ, ਸਰਦਾਰ ਵਰਿਆਮ ਸਿੰਘ ਹੁਣੀ। ਅੱਛਾ ਜੀ, ਇਹ ਸਰਦਾਰ ਵਰਿਆਮ ਸਿੰਘ ਸੀ? ਹਾਂਜੀ, ਇਹ ਹੀ ਸਾਰੇ ਪਰਿਵਾਰ ਨੂੰ ਲੈ ਕੇ ਇੱਥੇ, ਇਹਨਾਂ ਦੇ ਪਰਿਵਾਰ ਨੂੰ ਵੀ ਨਾਲ ਲੈ ਕੇ, ਨਿਜ਼ਾਮਪੁਰਾ ਜਿਹੜਾ ਸਾਡਾ ਪਿੰਡ ਆ, ਜੱਦੀ ਪਿੰਡ ਤੋਂ ਇੱਥੇ ਆਣ ਕੇ ਵਸੇ ਸੀਗੇ। ਅੱਛਾ, ਤੇ ਫਿਰ ਜਿਹੜਾ ਹੈਗਾ ਕਿ ਪੂਰਾ ਪਰਿਵਾਰਾਂ ਵਾਲਾ ਹੀ ਮਾਹੌਲ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਜਦੋਂ ਫਿਰ ਬਣ ਹੋਈ ਆ, ਤੇ ਇਹ ਫਿਰ ਪਰਿਵਾਰ ਜਿਹੜੇ ਇੱਥੇ ਰਹਿ ਗਏ, ਜਿਹੜੇ ਸਾਡੇ ਉਹ ਧਰਮ ਦੇ ਆਧਾਰ ਤੇ ਜਿਹੜੀ ਵੰਡ ਹੋਈ ਉਹਦੇ ਹਿਸਾਬ ਨਾਲ ਇਹ ਇੱਥੇ ਰਹਿ ਗਏ, ਤੇ ਤੁਸੀਂ ਉਧਰ ਚਲੇ ਗਏ, ਤੇ ਜੇ ਤੁਸੀਂ ਉੱਥੇ ਹੀ ਹੁੰਦੇ ਤੇ ਧਰਮ ਦੇ ਆਧਾਰ ਨਾਲ ਇਹਨਾਂ ਨੂੰ ਇੱਧਰ ਆਉਣਾ ਪੈਣਾ ਸੀ। ਹਾਂ, ਸਾਡੇ ਦਾਦੀ ਜੀ। ਅੱਛਾ ਜੀ, ਇਹ ਵੀ ਨਾਲ ਆਏ ਸਨ? ਉੱਥੇ ਲੱਗੀ ਸੀ ਸੀਡੀ, ਉਹ ਫਿਰ ਸਿੱਧੇ ਉਹਨੇ ਪੌੜੀ ਵਿਖਾਓ, ਸਾਡੀ ਪੌੜੀ ਇੱਥੇ ਰਹੀ ਆ, ਉਹਨਾਂ ਦੀ ਯਾਦ ਉਹ ਸੀ, ਫਿਰ ਅਸਾਂ ਉਹ ਪੌੜੀ ਵਿਖਾਈ ਉਹਨਾਂ ਨੂੰ, ਬਿਲਕੁਲ ਉਹ ਪਛਾਣੇ ਕਿ ਸਾਡੀ ਯਾਦ ਇਹ ਸਾਡੀ ਸੀਡੀ ਆ। ਬਸ ਹੁਣ ਇਹਨਾਂ ਦੀ ਯਾਦ ਚ ਆਖਰੀ ਇਹਨਾਂ ਦਾ ਦਰਵਾਜ਼ਾ ਰਹਿ ਗਿਆ, ਉਹ ਜਿਹਦੇ ਕੋਲ ਵੀ ਉਹ ਸਾਂਭ ਕੇ ਰੱਖ ਲਵੇ, ਉਹ ਦਰਵਾਜ਼ਾ ਸਾਂਭੇ। ਚਲੀਏ ਜੀ, ਮਾਰੀਏ ਨਾਰਾ ਜੀ, ਚਲੋ ਉੱਠੋ ਜੀ। ਲਓ ਜੀ, ਆਪਾਂ ਆ ਗਏ ਹਾਂ ਲਾਹੌਰ ਪਿੰਡ ਫਿਰਪੁਰ ਕੇ, ਭਾਈ ਸਾਹਿਬ ਦੇ ਪਿੰਡ 'ਚ ਸਾਰਾ ਕੁਛ ਲੱਭ ਲੁੱਭ ਗਿਆ, ਅਤੇ ਆਪਾਂ ਹੁਣ ਆ ਗਏ ਭਾਅ ਜੀ ਪੰਜਾਬ ਯੂਨੀਵਰਸਿਟੀ। ਸਾਨੂੰ ਸ਼ਹਿਜ਼ਾਦ ਅਹਿਮਦ ਜੋਈਆ ਸਾਹਿਬ ਜੁਆਇਨ ਕਰਨਗੇ, ਉਹਨਾਂ ਨੂੰ ਪਤਾ ਲੱਗਾ ਜੀ ਮਹਿਮਾਨ ਆਏ ਆ ਦੂਰੋਂ, ਅਤੇ ਖਾਸ ਕਰਕੇ ਬਾਜਵਾ ਸਾਹਿਬ ਦੇ ਮਹਿਮਾਨ, ਅਤੇ ਉਹਨਾਂ ਨੂੰ ਤਾਂ ਚਾਅ ਚੜੇ ਆ, ਆਪਾਂ ਹੁਣ ਉਹਨਾਂ ਨੂੰ ਮਿਲਣੇ ਹਾਂ, ਇੱਥੇ ਵੇਟ ਕਰ ਰਹੇ ਹੋਣੇ ਨੇ ਆਪਣਾ ਜੋਈਆ ਸਾਹਿਬ। ਇਹ ਜੀ ਪੰਜਾਬ ਯੂਨੀਵਰਸਿਟੀ ਦਾ ਐਗਜ਼ੈਕਟਿਵ ਬਲਾਕ ਆ, ਅਤੇ ਜੋਈਆ ਸਾਹਿਬ ਵੀ ਐਗਜ਼ੈਕਟਿਵ ਬੰਦੇ। ਸਤਿ ਸ਼੍ਰੀ ਅਕਾਲ ਭਾਅ ਜੀ, ਕਿਵੇਂ ਹੋ ਜੀ? ਮਜ਼ਾ ਆ ਗਿਆ ਤੁਹਾਡੇ ਦਰਸ਼ਨ ਕਰਕੇ? ਨਹੀਂ ਨਾ, ਜਿਵੇਂ ਉਧਰ ਨੇ ਪੰਜਾਬ ਨੂੰ ਪੂਰੇ ਨੂੰ ਜੱਫੀ ਪਾ ਲਏ ਭਾਅ ਜੀ। ਹਾਂਜੀ,
ਤੁਹਾਨੂੰ ਹਮੇਸ਼ਾ ਨਾ ਟੀਵੀ ਤੇ ਵੇਖੀਦਾ। ਜਿੰਦਾ ਵੇਖਾ ਜੀ ਚਲੋ ਠੀਕ ਹੈ।